ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੀ ਸ੍ਰੁੱਤਿਆ ਨੂੰ ਜੀ ਆਇਆਂ ਨੂੰ ਜੀ ਰਾਜਾਸ ਮੰਮੀ ਡੇਰਾ ਬਿਆਸ ਤੋਂ ਆਈ ਵੱਡੀ ਖਬਰ ਮੁੱਖ ਮੰਤਰੀ ਚੰਨੇ ਨੇ ਕੀਤਾ ਵੱਡਾ ਐਲਾਨ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਉੱਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚੰਡੀ ਸਿੰਘ ਚੰਨੀ ਕਾਫੀ ਸਰਗਰਮ ਆ ਰਹੇ ਨੇ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚੰਡੀ ਸਿੰਘ ਚੰਨੀ ਮਾਜਾ ਮਿਸ਼ਨ ਤਹਿਤ ਅੱਜ ਡੇਰਾ ਬਿਆਸ ਵੀ ਕੀ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਡੇਰਾ ਬਿਆਸ ਦੇ ਮੁਖੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਨਾ ਇਹਨਾਂ ਸਗੋਂ ਡੇਰਾ ਮੁਖੀ ਤੇ ਚੰਡੀ ਸਿੰਘ ਚੰਨੀ ਵਿਚਾਲੇ ਤਕਰੀਬਨ ਇੱਕ ਘੰਟੇ ਤੱਕ ਮੀਟਿੰਗ ਵੀ ਹੋਈ ਇਸ ਦੌਰਾਨ ਚੰਡੀ ਸਿੰਘ ਚੰਨੀ ਦੇ ਵੱਲੋਂ ਡੇਰਾ ਮੁਖੀ ਦਾ ਆਸ਼ੀਰਵਾਦ ਵੀ ਲਿਆ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਡੇਰਾ ਰਾਦਾ ਸੁਆਮੀ ਬਿਆਸ ਤੇ ਵੱਲੋਂ 5 ਏਕੜ ਜ਼ਮੀਨ ਵਿੱਚ ਸਾਬ ਤਹਿਸੀਲ ਬਣਾਈ ਗਈ ਜਿਸ ਦਾ ਉਹ ਘਾਟਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚੰਦੀ ਸਿੰਘ ਚੰਨੀ ਵੱਲ ਕੀਤਾ ਗਿਆ ਜੇ ਇਸ ਬੰਦੀ ਗੱਲਬਾਤ ਕਰਦਿਆਂ ਚੰਦੀ ਸਿੰਘ ਚੰਨੀ ਨੇ ਕਿਹਾ ਹੈ ਕਿ ਮੈਂ ਸਭ ਤਹਿਸੀਲ ਦੇ ਡੇਰਾ ਮੁਖੀ ਦਾ ਬਹੁਤ ਧੰਨਵਾਦੀ ਹਾਂ ਸਿਆਸੀ ਗੱਲਬਾਤ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸੰਤਾਨਾਂ ਸਿਆਸੀ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸਿਰਫ ਤੇ ਸਿਰਫ ਉਹਨਾਂ ਦਾ ਆਸ਼ੀਰਵਾਦ ਹੀ ਲਿਆ ਜਾਂਦਾ ਹੈ ਸੋ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਲਗਾਤਾਰ ਹੀ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਦੋਰੇ ਕਾਰਨ ਕਈ ਵੱਡੇ ਲਾਨ ਵੀ ਕਾਰਨ ਜਿੱਥੇ ਅੱਜ ਉਹ ਡੇਰਾ ਵਿਆਸ ਸੀ ਕਿ ਪਹੁੰਚੇ ਨੇ ਉੱਥੇ ਉਹਨਾਂ ਵੱਲੋਂ ਡੇਰਾ ਮੁਖੀ ਦਾਸ ਜੀ ਵਾਰ ਲੈ ਆਇਆ ਗਿਆ ਤੇ ਫਿਰ ਚੰਜੀ ਸਿੰਘ ਚੰਨੀ ਨੇ ਤਿੰਨਾ ਨਗਰਾਂ ਦਾ ਵੀ ਦੌਰਾ ਕੀਤਾ ਜਿੱਥੇ ਚੰਜੀ ਸਿੰਘ ਚੰਨੀ ਨੇ ਗੁਰਦਾਸਪੁਰ ਵਿੱਚ ਖੰਡ ਮਿਲ ਦੀ ਸਮਰਥਾ ਬਿਤਉਣ ਵਾਇਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਿਕਰ ਹੋਇਆ ਪੰਜਾਬ ਦੇ ਵਿੱਚ ਉਹਨਾਂ ਨੂੰ ਲੈ ਕੇ ਹੁਣ ਤੱਕ ਸਿਆਸਤ ਦਾ ਰੰਗ ਉੱਬਰ ਕੇ ਸਾਹਮਣੇ ਆ ਰਿਹਾ ਹਰ ਇੱਕ ਸਿਆਸੀ ਪਾਰਟੀ काफ़ी सर गर्म नज़र आ रही है दूजे बार चरणजीत सिंह चोनी के वो पंजाबियों कार्ज किए जा रहे हैं कई वड्डे वड्डे लान किए जा रहे हैं खबरों लास्ट तक देखने